ਭੋਗਤੇ ਆਏ ਸੀ ਕਿ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੌਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪ੍ਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ, ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੌਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ, ਮੈਨੇ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ, ਮੈਂ ਹਾਂ ਨਾਇਬ ਸਿੰਘ ਸਿੱਧੂ। ਜਿੱਥੇ ਕਿ ਬੇਲਰ ਮਾਲਕਾਂ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਵੱਲੋਂ ਪਰਾਲੀ ਇਕੱਠੀ ਕੀਤੀ ਜਾਂਦੀ ਸੀ ਅਤੇ ਜਿਹੜਾ ਪ੍ਰਦੂਸ਼ਣ ਸੀਗਾ ਉਸ ਨੂੰ ਘਟਾਉਣ ਵਿੱਚ ਵੀ ਯੋਗਦਾਨ ਪਾਇਆ ਜਾਂਦਾ ਸੀ। ਪਰ ਇਹਨਾਂ ਦਾ ਕਹਿਣਾ ਕਿ ਦਿਨੋ ਦਿਨ ਜਿਹੜੀ ਮਹਿੰਗਾਈ ਹੈ ਵੱਧਦੀ ਜਾਂਦੀ ਹੈ, ਡੀਜ਼ਲ ਦੇ ਰੇਟ ਦੁੱਗਣੇ ਹੋ ਗਏ, ਪਰ ਜਿਹੜੇ ਸਾਡੇ ਰੇਟ ਸੀ ਉਹ ਦਿਨੋ ਦਿਨ ਘਟੀ ਜਾਂਦੇ ਆ। ਸੋ ਉਹਨੂੰ ਦਿਖਾ ਦਈਏ ਕਿ ਇਹ ਬੇਲਰ ਮਾਲਕਾਂ ਵੱਲੋਂ ਬਠਿੰਡਾ ਅਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿੱਚ ਆਪਣੀ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਇਹਨਾਂ ਵੱਲੋਂ ਇੱਕ ਕਮੇਟੀ ਬਣਾਈ ਜਾਵੇਗੀ। ਉਸ ਤੋਂ ਬਾਅਦ ਇਹਨਾਂ ਨੇ ਇਹ ਮੀਟਿੰਗ ਕਰਕੇ ਕਮੇਟੀ ਬਣਾਉਣੀ ਹੈਗੀ ਅਤੇ ਕਮੇਟੀ ਤੋਂ ਬਾਅਦ ਜਿਹੜਾ ਕੋਈ ਫੈਸਲਾ ਹੋਊਗਾ ਵੀ ਕਿਸ ਤਰ੍ਹਾਂ ਕਰਨਾ ਜਾਂ ਕਿਸ ਤਰ੍ਹਾਂ ਕਮੇਟੀ ਬਣਾ ਕੇ ਇਹ ਆਪਣਾ ਹੱਕ ਮੰਗਣ ਲਈ ਜਿਹੜੇ ਇਹ ਚੋਣ ਕੀਤੀ ਜਾਵੇਗੀ ਅਤੇ ਆਪਾਂ ਇਹਨਾਂ ਦੀ ਪ੍ਰੋਬਲਮਾਂ ਆ ਰਹੀਆਂ ਹੈਗਾ, ਕੀ ਕਾਰਨ ਹੈਗਾ? ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਬਲਵਿੰਦਰ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜੀਆਂ ਤੁਹਾਨੂੰ ਬੇਲਰ ਮਾਲਕਾਂ ਨੂੰ ਕੀ ਪ੍ਰੋਬਲਮਾਂ ਆ ਰਹੀਆਂ ਹੈਗੀਆਂ? ਪ੍ਰੋਬਲਮਾਂ ਇਹ ਆ ਰਹੀਆਂ ਜੀ ਵੀ ਅਸੀਂ 2014 ਤੋਂ ਬੇਲਰ ਲਏ ਹੋਏ ਹੈ। ਜਦੋਂ 2014 'ਚ ਬੇਲਰ ਲਏ ਸੀ ਉਦੋਂ ਡੀਜ਼ਲ ਦਾ ਰੇਟ 45 ਰੁਪਏ ਲੀਟਰ ਸੀ। ਜਿਹੜਾ ਬੇਲਰ ਟਵਾਇਨ ਲੱਗਦਾ, ਧਾਗਾ ਲੱਗਦਾ ਜਿਹੜਾ ਗੱਠਾਂ ਬਣਾਉਣ ਵਾਸਤੇ, ਉਹਦਾ ਰੇਟ 130 ਰੁਪਏ ਸੀ। ਜਿਹੜਾ ਅਸੀਂ ਕਿਰਾਇਆ ਦਿੰਦੇ ਸੀ ਢੋਆ ਢੁਆਈ ਮਿਲ ਤਾਂ ਇਹਦੀ ਪਹੁੰਚ ਕਰਨੀ ਹੁੰਦੀ ਹੈ ਪਰਾਲੀ ਦੀ, ਉਹ 40 ਰੁਪਏ ਸੀ। ਜਿਹੜੀਆਂ ਸਪੇਅਰ ਪਾਰਟਸ ਹੈ ਉਹ ਵੀ ਸਸਤਾ ਸੀ, ਅੱਜ ਦੇ ਨਾਲੋਂ ਮਤਲਬ ਅੱਧੇ ਰੇਟ ਹੀ ਸੀਗੇ। ਉਦੋਂ ਇਹਦੇ ਇੱਕ ਨੋਟਰ ਲੱਗਦੇ ਆ, ਉਹਨੂੰ ਨੋਟਰ ਕਹਿੰਦੇ, ਨਿਟਰ ਕਹਿੰਦੇ, ਜਾਂ ਦੋ ਲੱਗਦੇ ਆ ਉਹ ਇੱਕ ਬੇਲਰ ਨੂੰ। ਉਹ ਉਦੋਂ 39,000 ਰੁਪਏ ਦਾ ਹੁੰਦਾ ਸੀ, ਅੱਜ ਉਹ 70,000 ਰੁਪਏ ਦਾ ਹੈ ਅਤੇ ਦੋ ਸੀਜ਼ਨ ਦੇ ਵਿੱਚ 2 ਵਾਰੀ ਬਦਲੇ ਜਾਂਦੇ ਆ ਉਹ। ਮਤਲਬ ਵੱਡੀ ਕੀਮਤ ਸਪੇਅਰ ਲੱਗਦੇ, ਸਪੇਅਰ ਪਾਰਟਸ ਲੱਗਦੇ, ਵੱਡੀ ਕੀਮਤ ਚੁਕਾਉਣੀ ਪੈਂਦੀ ਹੈ ਉਹਨਾਂ ਦੀ। ਉਹਨਾਂ ਦੇ ਹਰ ਸਾਲ ਰੇਟ ਵੱਧ ਜਾਂਦੇ ਹੈ। ਜਿਹੜੇ ਸਾਨੂੰ ਪਲਾਂਟਾਂ ਤੋਂ ਉਦੋਂ ਰੇਟ ਮਿਲਦਾ ਸੀ ਉਹ ਸੀ 145 ਰੁਪਏ, ਉਹ ਘਟਾ ਕੇ ਇਹਨਾਂ ਨੇ 130 ਰੁਪਏ ਕਰਤਾ। ਉਹਦੀ ਇੱਕ ਹੋਰ ਆ ਮੋਇਸਚਰ ਕੱਟ ਦੀ ਆੜ ਦੇ ਵਿੱਚ ਬਹੁਤ ਵੱਡੀ ਕਾਟ ਲਾ ਕੇ ਸਾਨੂੰ ਉਹ ਪੱਲੇ ਹੀ ਕੁਛ ਨਹੀਂ ਪੈਣ ਦੇ। ਪਹਿਲਾਂ ਜਿਹੜੇ ਪਲਾਂਟਾਂ ਵਾਲੇ ਸੀਗੇ ਉਹ ਸਾਡੀ ਜਿਹੜੀ ਪੇਮੈਂਟ ਸੀਗੀ ਉਹ 31-3 ਅਗਲੇ ਸਾਲ ਦੀ, ਮਤਲਬ ਜਿਵੇਂ ਅੱਜ ਕੱਲ੍ਹ ਫਾਈਨੈਂਸ਼ੀਅਲ ਈਅਰ ਦੇ ਵਿੱਚ ਖਤਮ ਕਰ ਦਿੰਦੇ ਸੀ। ਹੁਣ ਕੀ ਕਰਦੇ ਆ, ਪਿਛਲੇ ਸਾਲ ਦੀ ਪੇਮੈਂਟ ਅਜੇ ਤਾਈਂ ਵੀ ਪਲਾਂਟਾਂ ਵੱਲ ਖੜੀ ਹੈ 30% ਤੋਂ ਜ਼ਿਆਦਾ, ਜਦੋਂ ਕਿ ਟਾਈਮ ਆ ਗਿਆ ਸਾਡੇ ਕੋਲੋਂ ਅੱਜ ਕੱਲ੍ਹ ਆ ਕੇ ਜਿਹੜੇ ਟਰਾਲੇ ਅਸੀਂ ਰੱਖਣੇ ਹੁੰਦੇ ਆ ਉਹ ਵੀ ਪੈਸੇ ਮੰਗਦੇ ਆ ਵੀ ਅਸੀਂ ਮੈਂ ਠੀਕ ਕਰਾਉਣਾ, ਮੈਂ ਜੀ ਟਰੈਕਟਰ ਦਾ ਕੰਮ ਕਰਾਉਣਾ, ਮੈਂ ਟਰਾਲੇ ਦਾ ਕੰਮ ਕਰਾਉਣਾ। ਜਿਹੜੇ ਸਾਡੇ ਉਹਦੇ ਨਾਲ ਕੀ ਹੁੰਦੇ ਆ ਪੇਮੈਂਟ ਪਿੱਛੋਂ ਇਹ ਦਿੰਦੇ ਨਹੀਂ, ਪਲਾਂਟਾਂ ਵਾਲੇ ਨਹੀਂ ਦਿੰਦੇ ਪੈਸੇ। ਅਸੀਂ ਚੱਕ ਕੇ ਲਾਏ ਹੁੰਦੇ, ਛੋਟੇ ਕਿਸਾਨ ਹੈ, ਕਿਸੇ ਕੋਲ 30 ਲੱਖ ਰੁਪਇਆ ਲੱਗਦਾ ਇੱਕ ਬੇਲਰ ਚਲਾਉਣ ਵਾਸਤੇ, ਕਿਸੇ ਦੇ ਘਰੇ 30 ਲੱਖ ਰੁਪਇਆ ਨਹੀਂ ਪਿਆ ਹੁੰਦਾ, ਜੇ ਪਿਆ ਤਾਂ ਉਹ ਇਹ ਰੇਤੇ ਵਾਲਾ ਕੰਮ ਨਹੀਂ ਕਰਦਾ ਫਿਰ। ਅਤੇ ਸੋ ਅਸੀਂ ਪੜ੍ਹ ਚੜ੍ਹ ਕੇ ਪੈਸੇ ਲਾਏ ਹੁੰਦੇ, ਛੋਟੇ ਜ਼ਿਮੀਂਦਾਰ ਹਾਂ, ਆਪਦੇ ਪਰਿਵਾਰਾਂ ਦੀ ਖੁਸ਼ਹਾਲੀ ਵਾਸਤੇ ਕੰਮ ਕਰਿਆ, ਪਰ ਸਾਨੂੰ ਇੰਨੀਆਂ ਦਿੱਕਤਾਂ ਆਉਂਦੀਆਂ, ਨਾ ਤਾਂ ਪੇਮੈਂਟ ਟਾਈਮ ਸਿਰ ਮਿਲਦੀ ਹੈ, ਗਾਂ ਜਦੋਂ ਦੁਬਾਰਾ ਹੋਣਾ ਸੀ ਉਹਨਾਂ ਦੀ ਰਿਪੇਅਰ ਕਰਨੀ ਹੈ, 2-2.5 ਲੱਖ ਰੁਪਇਆ ਇੱਕ ਬੇਲਰ ਦੀ ਰਿਪੇਅਰ 'ਤੇ ਲੱਗਦਾ। ਅਜੇ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੇ ਫੈਕਟਰੀਆਂ ਵਾਲੇ ਹੈ ਇਹ ਕਿਸਾਨਾਂ ਦੇ ਪੈਸਿਆਂ 'ਤੇ, ਤੁਹਾਡੇ ਪੈਸਿਆਂ 'ਤੇ ਪਹਿਲਾਂ ਉਦੋਂ ਵੱਟਦੇ ਹੈਗੇ, ਫਿਰ ਉਸ ਤੋਂ ਬਾਅਦ ਬਚਿਆ ਹੋਇਆ ਤੁਹਾਨੂੰ ਦਿੰਦੇ ਹੈਗੇ? ਬਚਿਆ ਵੀ ਨਹੀਂ ਜੀ, ਸਾਨੂੰ ਪਤਾ ਕੀ ਕਰਦੇ, ਜਦੋਂ ਇਹਨਾਂ ਦਾ ਬਿੱਲ ਆਉਂਦਾ ਬਿਜਲੀ ਬੋਰਡ ਤੋਂ, ਪਹਿਲਾਂ ਇਹ ਆਪਦੀ ਕਿਸ਼ਤ ਭਰਦੇ ਜਿਹੜਾ ਇਹਨਾਂ ਨੇ ਲੋਨ ਲਿਆ ਹੁੰਦਾ, ਫਿਰ ਇਹ ਆਪਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੰਦੇ ਆ, ਜਿਹੜਾ ਕੋਈ ਥੋੜ੍ਹਾ ਬੜਾ ਬਚ ਜਾਂਦਾ ਉਹਦੇ 'ਚੋਂ ਸਾਨੂੰ ਦਿੰਦੇ ਆ, ਉਹ ਵੀ ਹਰ ਮਹੀਨੇ ਨਹੀਂ ਦਿੰਦੇ। ਪਹਿਲਾਂ ਕੀ ਕਰਦੇ ਸੀ, ਹਰ ਮਹੀਨੇ ਸਾਡੀ ਪੇਮੈਂਟ ਪਾਉਂਦੇ ਸੀ, ਹੁਣ ਇਹ 4-4 ਮਹੀਨੇ ਲਗਾਤਾਰ ਪੇਮੈਂਟ ਨਹੀਂ ਪਾਉਂਦੇ। ਦਸੰਬਰ ਦੇ ਵਿੱਚ ਪੇਮੈਂਟ ਪਾਈ ਸੀ 50,000 ਰੁਪਇਆ, ਜਦੋਂ ਕਿ ਮੈਂ 1.5-1.5 ਲੱਖ ਰੁਪਏ ਦਾ ਕੰਮ ਕੀਤਾ ਸੀ, 50,000 ਰੁਪਇਆ ਪੇਮੈਂਟ ਪਾਈ, 4 ਮਹੀਨੇ ਫਿਰ ਕੋਈ ਪੇਮੈਂਟ ਨਹੀਂ ਪਾਈ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ 'ਚ ਜਾ ਕੇ ਇਹਨਾਂ ਨੇ ਪੇਮੈਂਟ ਪਾਈ ਹੈ, ਉਹ ਵੀ ਨਿਗੂਣੀਆਂ ਪੇਮੈਂਟਾਂ ਪਾਉਂਦੇ ਆ।
ਉਹ ਜਿਹੜੀਆਂ ਆਉਂਦੀਆਂ ਉਹ ਸਾਡੇ ਘਰਾਂ 'ਚ ਘਰਾਂ ਦੇ ਖਰਚੇ ਹੁੰਦੇ ਆ ਉਹਨਾਂ 'ਚ ਲੱਗ ਜਾਂਦੀਆਂ ਸਾਡੇ ਸਿਰ ਉਹ ਪੈਸੇ ਉਵੇਂ ਖੜੇ ਰਹਿ ਜਾਂਦੇ ਆ ਜਿਹੜੇ ਕੋਈ ਚਾਰ ਪੈਸੇ ਸਾਨੂੰ ਬਚਣੇ ਹੁੰਦੇ ਉਹ ਵਿਆਜ 'ਚ ਚਲੇ ਜਾਂਦੇ ਆ ਸੋ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਕੰਮ ਜਿਹੜਾ ਅਸੀਂ ਕਰਦੇ ਹਾਂ ਇੱਕ ਤਾਂ ਅਸੀਂ ਪੋਲਿਊਸ਼ਨ ਕੰਟਰੋਲ ਕਰਦੇ ਹਾਂ ਵਾਤਾਵਰਨ ਨੂੰ ਬਚਾਉਣ ਵਾਸਤੇ ਜਿਹੜੀ ਪਰਾਲੀ ਨੂੰ ਅੱਗ ਲੱਗਣੀ ਹੁੰਦੀ ਹੈ ਉਹ ਅਸੀਂ ਉੱਥੋਂ ਇਕੱਠੀ ਕਰਕੇ ਪਲਾਂਟਾਂ 'ਚ ਭੇਜਦੇ ਹਾਂ ਜਿਹਦੇ ਨਾਲ ਪਾਵਰ ਜਨਰੇਸ਼ਨ ਹੁੰਦੀ ਹੈ ਬਿਜਲੀ ਪੈਦਾ ਹੁੰਦੀ ਹੈ ਜਿਹੜੀ ਕਿ ਅੱਜ ਕੱਲ੍ਹ ਹਰੇਕ ਸੂਬੇ ਕੋਲ ਘਾਟ ਹੈ ਬਿਜਲੀ ਦੀ ਘਾਟ ਹੈ ਅਸੀਂ ਉਹ ਘਾਟ ਨੂੰ ਪੂਰੀ ਕਰਨ ਵਿੱਚ ਵੀ ਸਰਕਾਰ ਦੀ ਮਦਦ ਕਰਦੇ ਹਾਂ ਪਰ ਸਰਕਾਰਾਂ ਅਤੇ ਜਿਹੜੇ ਪਲਾਂਟਾਂ ਦੇ ਮਾਲਕ ਹੈ ਉਹਨਾਂ ਨੇ ਬੇਲਰ ਮਾਲਕਾਂ ਨੂੰ ਅਣਗੌਲਿਆਂ ਕਰ ਰੱਖਿਆ ਸਾਡੇ ਪੈਸੇ ਨਾਲ ਹੀ ਪਲਾਂਟ ਚਲਾ ਕੇ ਸਾਨੂੰ ਪੇਮੈਂਟਾਂ ਨਹੀਂ ਕਰਦੇ ਸਾਡੀ ਪੇਮੈਂਟ ਰੁਕੀ ਹੈ ਪਿਛਲੇ ਸਾਲਾਂ 'ਚ ਤੁਸੀਂ ਵੇਖਿਆ ਹੋਣਾ ਗੰਨਾ ਮਿੱਲਾਂ ਦਾ ਅਜੇ ਤਾਂ ਹੀ ਬਕਾਇਆ ਖੜ੍ਹਾ ਹੈ ਕਿਸਾਨਾਂ ਦਾ ਬਕਾਇਆ ਗੰਨਾ ਮਿੱਲਾਂ ਨਹੀਂ ਖੜ੍ਹਾ ਉਹ ਯਾਲ ਬਿੱਲ ਇਹਨਾਂ ਨੇ ਕਰਤਾ ਬਾਇਓਮਾਸ ਪਲਾਂਟਾਂ ਨੇ ਕਰਤਾ ਕਿਸਾਨਾਂ ਦਾ ਵੱਡੀਆਂ ਰਕਮਾਂ ਪਲਾਂਟਾਂ ਵੱਲ ਅਜੇ ਤਾਂ ਡਿਊ ਖੜ੍ਹੀਆਂ ਜਿਹਦੇ ਨਾਲ ਸਾਨੂੰ ਅਗਲੇ ਸਾਲ ਬੇਲਰ ਚਲਾਉਣ 'ਚ ਦਿੱਕਤ ਆਊਗੀ ਸੋ ਸਾਡੀ ਉਹਨਾਂ ਨੂੰ ਬੇਨਤੀ ਹੈ ਸਰਕਾਰ ਨੂੰ ਵੀ ਬੇਨਤੀ ਹੈ ਕਿ ਇੱਕ ਤਾਂ ਸਾਡੀਆਂ ਪੇਮੈਂਟਾਂ ਕੀਤੀਆਂ ਜਾਣ ਸਾਨੂੰ ਜਿਹੜੇ ਵਾਜਬ ਰੇਟ ਹੈ ਜਿਵੇਂ ਜਿਵੇਂ ਮਹਿੰਗਾਈ ਵਧੀ ਆ ਵਧੀ ਹੋਈ ਮਹਿੰਗਾਈ ਦੇ ਹਿਸਾਬ ਨਾਲ ਸਾਨੂੰ ਬਿੱਲ ਨੂੰ ਚਲਾਉਣ ਦੇ ਕਾਬਲ ਬਣਾਇਆ ਜਾਵੇ ਅੱਜ ਦੇ ਜਿਹੜੇ ਰੇਟ ਹੈ ਵਾਇਬਲ ਨਹੀਂ ਹੈ ਵੀ ਅਸੀਂ ਬੇਲਰ ਚਲਾ ਲਈਏ ਜਿੰਨਾ ਚਿਰ ਵਾਇਬਿਲਟੀ ਨਹੀਂ ਬਣੂਗੀ ਕਿਸਾਨ ਘਰੋਂ ਪੈਸੇ ਪਾ ਕੇ ਬੇਲਰ ਨਹੀਂ ਚਲਾ ਸਕੂਗਾ ਸੋ ਸਾਨੂੰ ਸਾਡੀ ਉਹਨਾਂ ਨੂੰ ਬੇਨਤੀ ਹੈ ਵੀ ਸਾਨੂੰ ਵਾਜਬ ਰੇਟ ਦਿੱਤੇ ਜਾਣ ਸਾਡੀ ਪੇਮੈਂਟ ਟਾਈਮ ਸਿਰ ਕੀਤੀ ਜਾਵੇ ਅਤੇ ਜਿਹੜੀਆਂ ਹੈਰਾਨਗੀਆਂ ਹੁੰਦੀਆਂ ਉਹਨਾਂ ਤੋਂ ਸਾਨੂੰ ਬਚਾਇਆ ਜਾਵੇ ਨਹੀਂ ਇੰਨਾ ਕਿ ਤੁਹਾਨੂੰ ਪੈਸਾ ਦੇ ਰਹੇ ਹੈ ਇੰਨਾ ਕੁ ਤਾਂ ਤੁਹਾਡਾ ਜੇ ਸੋਚ ਲਈਏ ਤਾਂ ਵਿਆਜ ਹੀ ਬਣਦਾ ਹੁਣ ਤੁਹਾਨੂੰ ਕਹਿੰਦਾ 20-25 ਲੱਖ ਤੁਹਾਡਾ ਸੀ 4-5 ਮਹੀਨੇ ਨਹੀਂ ਦਿੱਤਾ ਜੇ 50,000 ਦਿੱਤਾ ਇੰਨਾ ਤਾਂ ਤੁਹਾਡਾ ਵਿਆਜ ਹੀ ਬਣ ਗਿਆ ਸੀਗਾ ਜੀ ਇਹੀ ਤਾਂ ਗੱਲ ਹੈ ਜੀ ਵੀ ਸਾਨੂੰ ਤਾਂ ਵਿਆਜ ਪਈ ਜਾਂਦਾ ਅਸੀਂ ਪੈਸੇ ਫੜ ਕੇ ਲਾਏ ਹੁੰਦੇ ਹੈ ਅਤੇ ਜਿਹੜਾ ਉਹਨਾਂ ਨੇ ਦੇਣਾ ਹੁੰਦਾ ਉਹ ਸਾਡਾ ਵਿਆਜ 'ਚ ਚਲਿਆ ਜਾਂਦਾ ਸਾਨੂੰ ਬਚਦਾ ਕੁਛ ਨਹੀਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਮਜਬੂਰ ਹੋਵਾਂਗੇ ਵੀ ਬੇਲਰਾਂ ਨੂੰ ਘਰੇ ਖੜ ਕੇ ਇਹਨਾਂ ਦੇ ਤਰਪਾਲਾਂ ਪਾ ਦਈਏ ਉਹਦੇ ਨਾਲ ਵਾਤਾਵਰਨ ਦਾ ਨੁਕਸਾਨ ਵੀ ਹੋਊਗਾ ਅਤੇ ਜਿਹੜੇ ਪਲਾਂਟ ਹੈ ਸਾਡਾ ਤਾਂ 2-2 ਲੱਖ ਦਾ ਨੁਕਸਾਨ ਹੋਣਾ 3-3 ਲੱਖ ਦਾ ਨੁਕਸਾਨ ਹੋਣਾ ਜਿਹੜਾ ਅਸੀਂ ਕੋਈ ਵਿੱਚੋਂ ਸਾਨੂੰ ਕੋਈ ਕਮਾਈ ਹੋਣੀ ਸੀ ਪਰ ਜੇ ਪਲਾਂਟਾਂ ਵਾਲਿਆਂ ਨੇ ਕਰੋੜਾਂ ਰੁਪਏ ਲਾਏ ਹੈ ਜੇ ਉਹਨਾਂ ਨੇ ਸਾਡੀ ਕੁਛ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਹੋ ਸਕਦਾ ਜਿਵੇਂ ਗੰਨਾ ਮਿੱਲਾਂ ਬੰਦ ਹੋ ਗਈਆਂ ਉਹਨਾਂ ਨੇ ਕਿਸਾਨ ਨਹੀਂ ਸੰਭਾਲੇ ਉਸ ਤਰ੍ਹਾਂ ਹੋ ਸਕਦਾ ਇਹਨਾਂ ਨੂੰ ਫਿਰ ਆਪਦੇ ਪਲਾਂਟ ਬੰਦ ਕਰਨੇ ਪੈਣ ਸੋ ਅਸੀਂ ਨਹੀਂ ਚਾਹੁੰਦੇ ਵੀ ਇਹੋ ਜਿਹੀ ਸਥਿਤੀ ਆਵੇ ਅਸੀਂ ਕਹਿੰਦੇ ਹਾਂ ਵੀ ਉਹਨਾਂ ਦਾ ਕੰਮ ਵੀ ਚੱਲਦਾ ਰਹੇ ਅਤੇ ਸਾਡਾ ਕੰਮ ਵੀ ਚੱਲਦਾ ਰਹੇ ਅੱਜ ਤੁਸੀਂ ਇੱਥੇ ਆਏ ਹੋਗੇ ਇੱਥੇ ਕਿਸ ਤਰ੍ਹਾਂ ਦੀ ਕੋਈ ਮੀਟਿੰਗ ਕਰ ਰਹੇ ਹੋ ਕੋਈ ਯੂਨੀਅਨ ਬਣਾ ਰਹੇ ਹੋ ਕੋਈ ਕਮੇਟੀ ਬਣਾ ਰਹੇ ਹੋ ਕਿਸ ਤਰ੍ਹਾਂ ਦੇ ਗਾਂ ਫੈਸਲੇ ਹੋਣਗੇ ਇੱਥੇ ਹੁਣ ਅਸੀਂ ਜਿੱਥੇ ਇੱਥੇ ਇਕੱਠੇ ਹੋਏ ਹਾਂ ਜੀ ਅਸੀਂ ਤੋਂ ਪਹਿਲਾਂ ਅਸੀਂ ਸਾਰੇ ਪਲਾਂਟਾਂ ਦੀਆਂ ਮੀਟਿੰਗਾਂ ਕਰਕੇ ਉਹਨਾਂ ਦੀਆਂ ਕਮੇਟੀਆਂ ਬਣਾ ਲਈਆਂ ਹੁਣ ਅਸੀਂ ਸਾਰੇ ਪਲਾਂਟਾਂ ਦੀ ਇੱਕ ਕਮੇਟੀ ਬਣਾਵਾਂਗੇ ਜਿਹੜੀ ਸਾਡੇ ਮਸਲਿਆਂ ਦੇ ਹੱਲ ਕਰਾਉਣ ਵਿੱਚ ਸਹਾਈ ਹੋਊਗੀ ਭਾਵੇਂ ਤਾਂ ਬੇਲਰ ਇਹਨਾਂ ਨਾਲ ਪਲਾਂਟਾਂ ਦੇ ਮਾਲਕਾਂ ਨਾਲ ਗੱਲ ਕਰਨੀ ਹੋਵੇ ਭਾਵੇਂ ਕੋਈ ਸਰਕਾਰ ਨਾਲ ਗੱਲ ਕਰਨੀ ਹੋਵੇ ਉਹਦੀ ਅਸੀਂ ਇੱਕ ਯੂਨੀਅਨ ਖੜੀ ਕਰ ਰਹੇ ਹਾਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸਮੱਸਿਆਵਾਂ ਤੋਂ ਸਾਨੂੰ ਨਜਾਤ ਦਵਾਊਗੀ ਜੇ ਇਹ ਆਪਣੇ ਜਿਹੜੇ ਇਹ ਮਾਲਕ ਹੈਗੇ ਉਹ ਨਹੀਂ ਤੁਹਾਡੀਆਂ ਮੰਨਦੇ ਮੰਗਾਂ ਤੁਹਾਡੇ ਰੇਟ ਨਹੀਂ ਵਧਾਉਂਦੇ ਤਾਂ ਅੱਗੇ ਕੀ ਕੋਈ ਪ੍ਰਦਰਸ਼ਨ ਕਰੋਗੇ ਜਾਂ ਕੋਈ ਕਿਸ ਤਰ੍ਹਾਂ ਦਾ ਕਰੋਗੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਾਡੇ ਰੇਟ ਤਾਂ ਸਾਡੇ ਨਾਲ ਬਹਿ ਕੇ ਗੱਲ ਤਾਂ ਕਰਨੀ ਪਊਗੀ ਨਹੀਂ ਫਿਰ ਜੇ ਉਹ ਨਹੀਂ ਵਧਾਉਂਦੇ ਤਾਂ ਤੁਹਾਨੂੰ ਫਿਰ ਦੱਸਿਆ ਵੀ ਅਸੀਂ ਜਿੱਥੇ ਪ੍ਰਦਰਸ਼ਨ ਵੀ ਕਰਾਂਗੇ ਉਹਨਾਂ ਦੇ 12 ਮੂਹਰੇ ਧਰਨੇ ਵੀ ਦੇਵਾਂਗੇ ਅਤੇ ਜੇ ਨਾ ਜਮਾਂ ਸਿਰੇ ਗਈ ਗੱਲ ਤਾਂ ਫਿਰ ਅਸੀਂ ਉਹਨਾਂ ਨੂੰ ਤਰਪਾਲਾਂ ਪਾ ਕੇ ਘਰੇ ਖੜਾ ਰਹੇਗੇ ਬੇਲਰ ਨੂੰ ਨਹੀਂ ਚਲਾਵਾਂਗੇ ਇਹ ਸਨ ਬੇਲਰ ਮਾਲਕ ਜਿਨ੍ਹਾਂ ਦਾ ਕਹਿਣਾ ਕਿ ਜੇ ਦਿਨੋਂ ਦਿਨ ਜਿਹੜੀ ਮਹਿੰਗਾਈ ਹੈ ਵੱਧਦੀ ਜਾਂਦੀ ਹੈ ਪਰ ਜਿਹੜੇ ਸਾਨੂੰ ਇਹ ਬਾਇਓਮਾਸ ਪਲਾਂਟ ਵਾਲੇ ਹੈਗੇ ਇਹ ਰੇਟ ਦਿਨੋਂ ਦਿਨ ਘਟਾ ਰਹੇ ਹੈ ਜਿਸ ਕਰਕੇ ਬੇਲਰ ਮਾਲਕਾਂ ਦੀ ਜਿਹੜੀ ਹਾਲਤ ਹੈ ਉਹ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ ਇਸ ਨੂੰ ਲੈ ਕੇ ਇਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੀ ਕਮੇਟੀ ਦੀ ਚੋਣ ਕੀਤੀ ਜਾਵੇਗੀ ਜਿਹੜੀ ਕਿ ਇਹਨਾਂ ਨਾਲ ਬਾਇਓਮਾਸਕ ਪਲਾਂਟ ਨਾਲ ਗੱਲਬਾਤ ਕਰੇਗੀ ਕਿ ਸਾਡੇ ਰੇਟ ਵਧਾਏ ਜਾਣ ਜੇ ਨਹੀਂ ਵਧਾਉਂਦੇ ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਬੇਲਰ ਆਪਣੇ ਰੋਕ ਲਵਾਂਗੇ ਅਤੇ ਇਹ ਪਲਾਂਟ ਬੰਦ ਕਿਨਾਰੇ ਹੋ ਜਾਣਗੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਮੱਤੀ ਹੈ ਜ਼ਿਲ੍ਹਾ ਮਾਨਸਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਤੁਸੀਂ ਅੱਜ ਮੀਟਿੰਗ ਕਰ ਰਹੇ ਹੋ ਅੱਜ ਦੀ ਜੋ ਅੱਜ ਦੇ ਸਮੇਂ 'ਚ ਬਠਿੰਡਾ ਸ਼ਹਿਰ ਦੇ ਵਿੱਚ ਗੁਰਦੁਆਰਾ ਸ੍ਰੀ ਹਾਜੀ ਰਾਜਨ ਦੇ ਵਿੱਚ ਇਕੱਠੇ ਹੋਏ ਜੋ ਕਿਰਤੀ ਕਿਸਾਨ ਲੋਕ ਨੇ ਮੇਰਾ ਕਿਰਤੀ ਕਹਿਣ ਦਾ ਮਤਲਬ ਕੀ ਹੈ ਜੋ ਇਹ ਸਾਡਾ ਬੇਲਰ ਵਾਲਾ ਧੰਦਾ ਇਹ ਖੇਤਾਂ ਦੇ ਵਿੱਚ ਕਰਨ ਵਾਲੇ ਹੱਥੀਂ ਕਰਨ ਵਾਲੇ ਕੰਮ ਵਾਲੇ ਬੰਦਿਆਂ ਦਾ ਕੰਮ ਹੈ ਸੋ ਦੱਸ ਦਿਓ ਵੀ ਬੇਲਰ ਕਿਹੜੇ ਬੇਲਰ ਕੀ ਕੰਮ ਕਰਦੇ ਆ ਬੇਲਰ ਦਾ ਜੀ ਮੇਨ ਕੰਮ ਹੈਗਾ ਗਾ ਜੋ ਆਪਣੀ ਐਗਰੋ ਵੇਸਟ ਹੁੰਦੀ ਹੈ ਜੋ ਖੇਤੀਬਾੜੀ ਦੀ ਰਹਿੰਦ ਖੁੰਹਦ ਹੁੰਦੀ ਹੈ ਜਿਵੇਂ ਝੋਨੇ ਦੀ ਪਰਾਲੀ ਹੋ ਗਈ ਗੰਨੇ ਦੀ ਪੱਤੀ ਹੋ ਗਈ ਨਰਮੇ ਦੀਆਂ ਛੱਡੀਆਂ ਹੋ ਗਈਆਂ ਉਹਨਾਂ ਦੀਆਂ ਬੇਲ ਬਣਾ ਕੇ ਜੋ ਪਾਵਰ ਪਲਾਂਟ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੋਂ ਅੱਗੇ ਉਹ ਇਹਦੀ ਜਲਨ ਕਰਕੇ ਇਹਨੂੰ ਬਚਾ ਕੇ ਉਦੋਂ ਬਾਅਦ ਇਹਦੀ ਬਿਜਲੀ ਤਿਆਰ ਕੀਤੀ ਜਾਂਦੀ ਹੈ ਜੀ
ਸਾਡੀ ਮੇਨ ਪ੍ਰੋਬਲਮ ਤਾਂ ਇਹੀ ਹੈ ਜੀ, ਜਦੋਂ ਤੋਂ ਅਸੀਂ ਇਸ ਧੰਦੇ ਨਾਲ ਜੁੜੇ 2014 ਤੋਂ ਇਸ ਧੰਦੇ ਨਾਲ ਜੁੜੇ ਸੀਗੇ ਉਦੋਂ ਤੇ ਅੱਜ ਦੇ ਮੁਕਾਬਲੇ ਮੈਂ ਤੁਹਾਨੂੰ ਬੜਾ ਬਰੀਫ ਦੇ ਵਿੱਚ ਸਾਡੇ ਐਮ ਡੀ ਸਾਹਿਬ ਨੇ ਦੱਸ ਚੁੱਕੇ ਨੇਗੇ, ਤੁਹਾਨੂੰ ਦੱਸਦਾ ਵੀ ਜੋ ਉਦੋਂ ਖਰਚਾ ਸੀ ਸਾਡਾ, ਜੇ ਉਦੋਂ 1 ਲੱਖ ਰੁਪਏ ਖਰਚਾ ਹੁੰਦਾ ਸੀ ਤਾਂ ਅੱਜ ਸਾਡਾ 2.25 ਲੱਖ ਰੁਪਏ ਖਰਚਾ ਹੋ ਚੁੱਕਿਆ। ਜ਼ਿਆਦਾਤਰ ਜੋ ਸਾਡਾ ਮੇਨ ਖਰਚਾ ਹੁੰਦਾ ਸਾਡਾ ਪੈਟਰੋਲੀਅਮ 'ਤੇ ਖਰਚਾ ਹੁੰਦਾ, ਪੈਟਰੋਲੀਅਮ ਦੇ ਰੇਟ ਹਾਈ ਹੋ ਚੁੱਕੇ ਨੇ, ਪੈਟਰੋਲੀਅਮ ਦੇ ਵਿੱਚੋਂ ਡੀਜ਼ਲ ਆਉਣਾ, ਉਹਦੇ ਵਿੱਚੋਂ ਹੀ ਪੈਟਰੋਲ ਆਉਣਾ, ਉਹਦੇ ਵਿੱਚੋਂ ਜਿਹੜਾ ਸਾਡਾ ਤਾਗਾ ਗਾ, ਜਿਹੜੀਆਂ ਆਪਣੀ ਤਾਗਾ ਬਣਦਾ ਗਾ, ਜਿਹੜੀ ਗੋਲੀ ਆ ਗਈ ਤਿਆਰ ਹੁੰਦੀ ਹੈਗੀ ਉਹ ਤੋਂ ਅੱਗੇ ਤਾਗਾ ਬਣਦਾ ਗਾ, ਤਾਗੇ ਦੇ ਰੇਟ ਵੀ ਹਾਈ ਹੋ ਗਏ। ਗੱਲ ਮੁੱਕਦੀ ਇਹ ਹੈ ਵੀ ਜੋ ਸਪੇਅਰ ਪਾਰਟਸ ਜੀ ਸਾਰੇ ਜਿਹੜੇ ਰੇਟ ਨੇਗੇ ਉਹ ਡਬਲ ਦੇ ਵੀ ਦੋਗਣਾ ਹੋ ਚੁੱਕੇ ਨੇਗੇ। ਸਾਡੀ ਕਮਾਈ ਨਹੀਂ ਜੀ, ਅਸੀਂ ਤਾਂ ਸਾਡਾ ਤਾਂ ਬਹੁਤ ਬੁਰਾ ਹਾਲ ਆ ਜੀ, ਸਾਡਾ ਤਾਂ ਫਾਹੇ ਲੈਣ ਵਾਲਾ ਕੰਮ ਹੈਗਾ, ਜੋ ਚੀਜ਼ਾਂ ਹੈਗੀਆਂ ਸਾਡੇ 2-2, 3-3 ਕਿੱਲਿਆਂ ਦੇ ਮਾਲਕ ਆ, ਕਿ ਕੋਈ ਬਾਹਲੇ ਵੱਡੇ ਜ਼ਿਮੀਦਾਰ ਨਹੀਂ। ਜੇ ਵੱਡੇ ਜ਼ਿਮੀਦਾਰ ਹੋਈਏ ਤਾਂ ਅਸੀਂ ਆਪਦੀ ਖੇਤੀਬਾੜੀ ਕਰੀਏ, ਅਸੀਂ ਤਾਂ ਇੱਕ ਸਰਕਾਰ ਨੂੰ ਦੇਖਦੇ ਹੋਏ ਇੱਕ ਸਵੈ ਰੁਜ਼ਗਾਰ ਧੰਦਾ ਅਪਣਾਇਆ ਸੀ ਵੀ ਕਾਸ਼ ਸਾਡੀ ਜਿਹੜੀਆਂ ਪਰਿਵਾਰ ਦੀਆਂ ਛੋਟੀਆਂ ਮੋਟੀਆਂ ਲੋੜਾਂ ਨੇ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ। ਘੱਟ ਗਈ ਜੀ, ਜੋ ਅਸੀਂ 2-4 ਲੱਖ ਰੁਪਏ ਕਮਾਈ ਕੀਤੀ ਸੀਗੀ ਉਹ ਸਾਡੀ ਇਸ ਸੀਜ਼ਨ ਦੇ ਵਿੱਚ ਵਿੱਚ ਵੜ ਚੁੱਕੀ ਹੈਗੀ। ਸਾਡੇ ਇਹ ਹਾਲਾਤ ਬਣ ਚੁੱਕੇ ਨੇ ਵੀ ਜੇ ਸਰਕਾਰ ਨੇ ਜਾਂ ਪਾਵਰ ਪਲਾਂਟਾਂ ਨੇ ਨਾ ਸਾਡੀ ਗੱਲ ਸੁਣੀ ਤਾਂ ਉਹੀ ਸਾਡਾ ਵੀ ਸਾਨੂੰ ਵੀ ਖੁਦਕਸੀਆਂ ਵਾਲੇ ਪਾਸੇ ਰਾਹ ਜਾਣਾ ਪੈਣਾ। ਮੰਗ ਤਾਂ ਇਹ ਕਰਦੇ ਹਾਂ ਜੀ, ਜਿਹੜੇ ਵੀ ਪਲਾਂਟ ਨੇ ਪ੍ਰਸ਼ਾਸਨ ਉਹਨਾਂ ਨੂੰ ਉਹਨਾਂ ਦੇ ਦੇਖ ਰੇਖ ਕਰੇ ਅਤੇ ਸਾਡੇ ਨਾਲ ਇੱਕ ਬਹਿ ਕੇ ਜੋ ਸਾਡੀ ਸੂਬਾ ਪੱਧਰੀ ਕਮੇਟੀ ਬਣੂਗੀ ਉਹਨਾਂ ਨੇ ਇੱਕ ਵਧੀਆ ਸਮੂਥ ਮਾਹੌਲ ਦੇ ਵਿੱਚ ਬਹਿ ਕੇ ਗੱਲਬਾਤ ਕੀਤੀ ਜਾਵੇ ਅਤੇ ਇੱਕ ਵਧੀਆ ਸਹੀ ਵਾਜਬ ਰੇਟ ਜੋ ਸਾਡਾ ਜਿੱਦਾਂ ਦੀ ਅਸੀਂ ਮਿਹਨਤ ਕਰਦੇ ਹਾਂ ਸਾਡੀ ਮਿਹਨਤ ਯੋਗ ਸਾਨੂੰ ਉਹਨਾਂ ਕੁ ਪ੍ਰੋਫਿਟ ਦਿੱਤਾ ਜਾਵੇ, ਉਹਨਾਂ ਕੁ ਸਾਡੇ ਨਾਲ ਰੇਟ ਫਿਕਸ ਕੀਤਾ ਜਾਵੇ। ਮੈਂ ਇਹ ਕਹਿਣਾ ਚਾਹੁੰਦਾ ਬਾਈ, ਜਦੋਂ ਡੀਲ ਦਾ ਰੇਟ ਸੀਗਾ 35 ਰੁਪਏ ਉਦੋਂ ਪਲਾਟ ਦਾ ਰੇਟ ਸੀਗਾ ਗੱਠਾਂ ਦਾ 142 ਰੁਪਏ ਜੀ, ਧਾਗੇ ਦਾ ਰੇਟ ਸੀਗਾ 70-85 ਰੁਪਏ ਜੀ, ਹੁਣ ਜਦੋਂ ਡੀਲ ਦਾ ਰੇਟ ਹੋ ਗਿਆ 95 ਰੁਪਏ ਜੀ, ਧਾਗੇ ਦਾ ਰੇਟ ਹੋ ਗਿਆ 210 ਰੁਪਏ ਜੀ, ਹੁਣ ਰੇਟ ਕਰਤਾ ਇਹਨੇ 135 ਰੁਪਏ ਜੀ, ਵਧਾਉਣ ਦੀ ਥਾਂ ਘਟਾ ਤਾ, ਨਾਲੇ ਲੇਬਰ ਵੱਧ ਗਈ, ਨਾਲੇ ਟਰਾਲਾਂ ਦੀ ਢੋਆ ਢਵਾਈ ਵੱਧ ਗਈ ਜੀ, ਹੁਣ ਰੇਟ ਜਮ੍ਹਾਂ ਨਹੀਂ ਦੇ ਰਹੇ ਜੀ ਸਾਨੂੰ। ਮੋਚਰ ਜੀ ਇਹ ਮੰਨ ਕੇ ਡਬਲ ਕਾਰਟ ਲਾਉਂਦਾ ਜੀ, ਮੰਨ ਲਓ 18 ਇਹਨਾਂ ਦੇ 18 ਮਾਫ ਹੁੰਦਾ ਜੀ, 18 ਤੋਂ ਬਾਅਦ ਜੇ 19 ਮੋਚਰ ਲੱਗ ਗਿਆ 19 ਕੁਇੰਟਲ 100 ਚੋਂ ਗਿਆ ਜੀ, ਅਸੀਂ ਕਹਿੰਦੇ ਵੀ ਮੰਨ ਲਓ 19 ਕੁਇੰਟਲ ਜਦੋਂ 18 ਇਹਨਾਂ ਦਾ ਮਾਫ ਆ 19 ਲੱਗ ਜੇ 1 ਕੁਇੰਟਲ ਸਾਨੂੰ ਪਵੇ ਜੀ, ਇਹ ਸਾਡੀ ਬੜੀ ਵੱਡੀ ਪ੍ਰੋਬਲਮ ਆ। ਵੱਜਦਾ ਹੀ ਕੁਛ ਨਹੀਂ ਉਹਦੇ ਵਿੱਚ, ਟਰਾਲਾ ਸਾਰਾ ਬੇਅਰਥ ਗਿਆ ਜੀ, ਉਹ 100 ਕੁਇੰਟਲ ਦਾ 100 ਕੁਇੰਟਲ ਜੋ 30 ਕੁਇੰਟਲ ਗਏ ਜੀ ਉਹ ਖਤਮ ਆ ਜੀ ਸਾਰਾ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।